ਨਾਨਕ ਸਿੰਘ ਦਾ ਨਾਵਲ ਪੱਥਰ ਕੰਬਾਦਾ 15 ਵਾਂਗ ਦੂਜੇ ਦਿਨ ਸਵੇਰੇ ਚਾਹ ਵੇਲੇ ਚੁੱਖਾ ਚਿਰਨੀ ਵੀ ਪਾਈ ਰੱਖਣ ਤੋਂ ਬਾਅਦ ਬੇਜੇਰਾਵ ਨੇ ਜਦ ਸੇਵੀਆਂ ਵੱਲ ਨਜ਼ਰ ਮੋੜੀ ਤਾਂ ਇਸ ਤਰ੍ਹਾਂ ਤਬ ਕੀ ਮਾਨੋ ਕਿਸੇ ਨੇ ਉਹਦੇ ਸਿਰ 'ਚ ਸੋਟਾ ਮਾਰਤਾ ਹੋਵੇ ਉਹ ਝਟਪਟ ਉੱਠ ਕੇ ਆਪਣੇ ਕਮਰੇ 'ਚ ਨੱਠ ਗਈ ਤੇ ਰੋਟੀ ਵੇਲੇ ਤੱਕ ਬਾਹਰ ਨਾ ਨਿਕਲੀ ਬੇਜੇਰਾਵ ਨੂੰ ਅਜ ਉਹਦਾ ਰੰਗ ਪੀਲਾ ਪੀਲਾ ਨਜ਼ਰੀ ਆ ਰਿਹਾ ਸੀ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ ਇਸ ਕਰਕੇ ਸਾਰੀ ਮੰਡਲੀ ਬੈਠਕ 'ਚ ਇਕੱਠੀ ਹੋਈ ਹੋਈ ਸੀ ਆਰਕੇਡੀ ਨੇ ਇੱਕ ਅਖਬਾਰ ਦਾ ਤਾਜ਼ਾ ਪਰਚਾ ਪੜਨਾ ਸ਼ੁਰੂ ਕੀਤਾ ਮਾਸੀ ਆਪਣੀ ਆਦਤ ਅਨੁਸਾਰ ਪਰੌਣਿਆਂ ਨੂੰ ਘੂਰ-ਘੂਰ ਕੇ ਵੇਖ ਰਹੀ ਸੀ ਬੈਜ਼ੇਰੋ ਇਸ ਵੇਲੇ ਸੋਵੀਆ ਨੇ ਅੰਦਰ ਆ ਕੇ ਕਿਹਾ ਜ਼ਰਾ ਮੇਰੇ ਕਮਰੇ 'ਚ ਚੱਲਣ ਦੀ ਖੇਚਲ ਕਰੋਗੇ ਮੈਂ ਉਸ ਕਿਤਾਬ ਬਾਰੇ ਕੁਝ ਪੁੱਛਣਾ ਚਾਹੁੰਦੀ ਆ ਉਹ ਜਿਹੜੀ ਤੁਸੀਂ ਦੱਸੀ ਸੀ ਤੇ ਉਹ ਪਿਛਲੇ ਪੈਰੀ ਬੂਏ ਵੱਲ ਮੁੜੀ ਮਾਸੀ ਉਸ ਵੱਲ ਅੱਖਾਂ ਪਾੜ-ਪਾੜ ਕੇ ਵੇਖ ਰਹੀ ਸੀ ਬੈਜ਼ੇਰਾਬ ਵੀ ਉੱਠ ਕੇ ਸੋਵੀਆ ਦੇ ਮਗਰ ਚਲਾ ਗਿਆ। ਇਸ ਵੇਲੇ ਫਿਰ ਉਹ ਦੋਵੇਂ ਰਾਤ ਵਾਂਗ ਆਪੋ ਆਪਣੇ ਥਾਂ ਜਾ ਬੈਠੇ। "ਮਾਫ਼ ਕਰਨਾ ਬੈਜ਼ੇਰਾਬ," ਸੋਵੀਆ ਬੋਲੀ, "ਮੈਂ ਤੁਹਾਨੂੰ ਕਿਤਾਬ ਖਾਤਰ ਨਹੀਂ ਸੱਦਿਆ। ਮੈਂ ਰਾਤ ਵਾਲੀ ਗੱਲ ਨੂੰ ਫੇਰ ਤੋਂ ਸ਼ੁਰੂ ਕਰਨਾ ਚਾਹੁੰਦੀ ਹਾਂ।" ਉਸ ਤੇ ਰਾਤੀ ਝਟਪਟ ਹੀ ਚਲੇ ਗਏ। "ਦੱਸੋ, ਮੈਂ ਹਾਜ਼ਰ ਹਾਂ," ਬੈਜ਼ੇਰਾਬ ਬੋਲਿਆ, "ਹਾਂ ਰਾਤੀ ਅਸੀਂ ਕੀ ਗੱਲ ਕਰ ਰਹੇ ਸੀ?" ਸੋਵੀਆ ਇੱਕ ਮਿੱਠੀ ਤੱਕਣੀ ਤੱਕ ਕੇ ਬੋਲੀ, "ਅਸੀਂ ਦੁੱਖ ਸੁੱਖ ਦੇ ਸਬੰਧ 'ਚ ਗੱਲਾਂ ਕਰ ਰਹੇ ਸੀ।" "ਅੱਛਾ ਬੈਜ਼ੇਰਾਬ, ਇੱਕ ਹੀ ਗੱਲ ਹੈ। ਕਿ ਜਦ ਕਦੀ ਤੁਸੀਂ ਸੰਗੀਤ ਜਾਂ ਵਾਰਤਾਲਾਪ ਦਾ ਸਵਾਦ ਲੈਂਦੇ ਤਦ ਵੀ ਉਹ ਸਵਾਦ ਐਵੇਂ ਇੱਕ ਦੂਰ ਦੁਰਾਡੇ ਦੇ ਸੁੱਖ ਦਾ ਪਰਛਾਵਾਂ ਜਿਹਾ ਹੀ ਪ੍ਰਤੀਤ ਹੁੰਦਾ ਹੈ ਕਿ ਤੁਹਾਡੇ ਦਿਲ 'ਚ ਕਦੀ ਇਹਦਾ ਅਨੁਭਵ ਨਹੀਂ ਹੋਇਆ ਬੇਜ਼ਰਾ ਬੋਲਿਆ ਤੁਸੀਂ ਕਹਾਵਤ ਨਹੀਂ ਸੁਣੀ ਹੋਈ ਕਿ ਸੁੱਖ ਹੋਈ ਹੈ ਜਿੱਥੇ ਅਸੀਂ ਨਹੀਂ ਇਹ ਤੋਂ ਛੁੱਟ ਤੁਸੀਂ ਆਪ ਹੀ ਕਹਿ ਚੁੱਕੇ ਹੋ ਕਿ ਕੀ ਤੁਸੀਂ ਸੰਤੁਸ਼ਟ ਨਹੀਂ ਹੋ ਪਰ ਮੇਰੇ ਅੰਦਰ ਤਾਂ ਇਹੋ ਜਿਹੇ ਵਿਚਾਰ ਨਹੀਂ ਉੱਠਦੇ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਨੀ ਹਾਂ ਕਿਹੜੇ ਵਿਚਾਰ ਮੈਂ ਸਮਝ ਨਹੀਂ ਸਕਦਾ ਕਿ ਤੁਸੀਂ ਕੀ ਕਹਿ ਰਹੇ ਹੋ ਬਜੇਰਾਮ ਕਈ ਦਿਨਾਂ ਤੋਂ ਮੈਂ ਤੁਹਾਡੇ ਨਾਲ ਖੁੱਲ ਕੇ ਗੱਲਾਂ ਕਰਨੀਆਂ ਚਾਹੁੰਦੀਆਂ ਕਿ ਤੁਸੀਂ ਆਪ ਨਹੀਂ ਜਾਣਦੇ ਕਿ ਤੁਸੀਂ ਵੀ ਮਨੁੱਖ ਹੋ ਨੌਜਵਾਨ ਵੀ ਹੋ ਤਾਂ ਤੁਸੀਂ ਕੀ ਕਰਨ ਵਾਲੇ ਹੋ ਤੁਹਾਡਾ ਭਵਿੱਖ ਕੀ ਹੈ ਤੁਹਾਡੇ ਦਿਲ 'ਚ ਕੀ ਹੈ ਮੁਕਦੀ ਗੱਲ ਤੁਸੀਂ ਕੌਣ ਹੋ ਤੇ ਕੀ ਹੋ ਤੁਸੀਂ ਤੇ ਮੈਨੂੰ ਹੈਰਾਨ ਕਰ ਰਹੇ ਹੋ ਤੁਸੀਂ ਇਹ ਜਾਣਦੇ ਹੋਇਆ ਵੀ ਕਿ ਮੈਂ ਇੱਕ ਪ੍ਰਕਿਰਤਿਕ ਤਕ ਵਿਗਿਆਨ ਦਾ ਵਿਦਿਆਰਥੀ ਹਾਂ ਮੇਰੇ ਉੱਤੇ ਇਹ ਜੇ ਸਵਾਲ ਕਰ ਰਹੇ ਹੋ ਖਿਮਾ ਕਰਨਾ ਮੈਂ ਇਦਾਂ ਕਦੀ ਵੀ ਦਿਲ ਖੋਲ ਕੇ ਗੱਲਾਂ ਨਹੀਂ ਕਰ ਸਕਦਾ ਜਦ ਤੱਕ ਮੇਰੇ ਤੇ ਤੁਹਾਡੇ ਵਿਚਾਲੇ ਇੱਕ ਬਹੁਤ ਚੌੜੀ ਖਾਈ ਹੈ ਕਿਹੜੀ ਖਾਈ ਸੋਵਿਆ ਚ ਲਾਉ ਠੀ ਕਿ ਤੁਸੀਂ ਫੇਰ ਮੈਨੂੰ ਕਹਿਣਾ ਚਾਹੁੰਦੇ ਹੋ ਕਿ ਮੈਂ ਅਮੀਰੀ ਢੰਗ ਖੈਰ ਉਹ ਨਾ ਸਹੀ ਤਾਂ ਵੀ ਜਦ ਸਾਨੂੰ ਪਤਾ ਹੈ ਕਿ ਭਵਿੱਖ ਉੱਤੇ ਸਾਡਾ ਕਾਬੂ ਨਹੀਂ ਤਾਂ ਕਿਉਂ ਦੇ ਸਬੰਧ ਵਿੱਚ ਸੋਚੀਏ ਜੇ ਕਿਤੇ ਭਾਗ ਚਮਕ ਉੱਠਿਆ ਤਾਂ ਠੀਕ ਤੇ ਜੇ ਉਲਟ ਗਿਆ ਤਾਂ ਸਾਨੂੰ ਘਟੋ ਘਟੇ ਨਹੀਂ ਤਸੱਲੀ ਤਾਂ ਰਹੇਗੀ ਕੀ ਅਸਾਂ ਉਸ ਬਾਰੇ ਪਹਿਲਾਂ ਹੀ ਬੇਮਤਲਬ ਫੜਾ ਨਹੀਂ ਸੀ ਮਾਰੀਆਂ ਬੇਮਤਲਬ ਫੜਾ ਕਿ ਤੁਸੀਂ ਇੱਕ ਮਿੱਤਰਤਾ ਭਰੇ ਵਾਰਤਾਲਾਪ ਨੂੰ ਬੇਮਤਲਬ ਫੜਾਂ ਖਿਆਲ ਕਰਦੇ ਹੋ ਤਾਂ ਤੇ ਮੈਂ ਖਿਆਲ ਕਰਦੀ ਹਾਂ ਕਿ ਤੁਸੀਂ ਮੈਨੂੰ ਵਿਸ਼ਵਾਸ ਦੇ ਲਾਇਕ ਹੀ ਨਹੀਂ ਸਮਝਦੇ ਖੈਰ ਮੈਂ ਜਾਣਦੀ ਹਾਂ ਕਿ ਤੁਸੀਂ ਸਾਰੀ ਇਸਤਰੀ ਜਾਤੀ ਨੂੰ ਨਫ਼ਰਤ ਕਰਦੇ ਹੋ ਨਹੀਂ ਨਹੀਂ ਸੋ ਇਹ ਤੁਸੀਂ ਮੈਨੂੰ ਸਮਝ ਨਹੀਂ ਸਕੇ ਮੰਨ ਲਓ ਨਹੀਂ ਸਮਝ ਸਕੇ ਪਰ ਜੇ ਆਪਣੇ ਭਵਿੱਖ ਬਾਰੇ ਗਲਤ ਕਰਨ ਨੂੰ ਕੰਨੀ ਕਤਰਉਂਦੇ ਹੋ ਤਾਂ ਕੀ ਆਪਣਾ ਦਿਲ ਆਪਣੇ ਦਿਲ ਦੀ ਮੌਜੂਦਾ ਹਾਲਤ ਤੋਂ ਵੀ ਉਹ ਤਾਂ ਬਿਲਕੁਲ ਬੇਰਸ ਹੈ ਬੇਜੇ ਰਾਮ ਨੇ ਗੱਲ ਕੱਟ ਦਿਆਂ ਕਿਆ ਨਾਲ ਹੀ ਕੀ ਆਦਮੀ ਹਮੇਸ਼ਾ ਆਪਣੇ ਮਨ ਦੀ ਹਾਲਤ ਪ੍ਰਗਟ ਕਰ ਸਕਦਾ ਮੈਨੂੰ ਨਹੀਂ ਪਤਾ ਲੱਗਦਾ ਕਿ ਆਪਣੇ ਮਨ ਦੀ ਗੱਲ ਕਹਿਣ ਨੂੰ ਤੁਸੀਂ ਕਿਉਂ ਸੰਘਦੇ ਹੋ ਕਿਉਂ ਨਹੀਂ ਦਿਲ ਦਾ ਭੇਦ ਖੋਲ ਦਿੰਦੇ ਤੇ ਕੀ ਤੁਸੀਂ ਆਪਣੇ ਦਿਲ ਦਾ ਭੇਦ ਦੱਸ ਸਕਦੇ ਹੋ ਬੇਸ਼ੱਕ ਤਾਂ ਬੇਸ਼ੱਕ ਤੁਸੀਂ ਖੁਸ਼ਕਿਸਮਤ ਹੋ ਤੁਸੀਂ ਭਾਵੇਂ ਕੁਝ ਵੀ ਸੋਚੋ ਸੋਵੀਆ ਉਸ ਵੱਲ ਪ੍ਰਸ਼ਨ ਪਰ ਨਜ਼ਰ ਨਾਲ ਤੱਕਦੀ ਬੋਲੀ ਫਿਰ ਵੀ ਜਿਵੇਂ ਮੇਰੇ ਕੰਨਾਂ 'ਚ ਕੋਈ ਕਹਿ ਰਿਹਾ ਹੈ ਕਿ ਸਾਡਾ ਮੇਲ ਅਕਾਰਥਾ ਨਹੀਂ ਹੈ ਸਾਡੀ ਮਿੱਤਰਤਾ ਹੋਰ ਵੀ ਪੱਕੀ ਹੋਣ ਵਾਲੀ ਹੈ ਤੇ ਮੈਨੂੰ ਭਰੋਸਾ ਵੀ ਹੈ ਕਿ ਤੁਹਾਡੀ ਇਹ ਖਾਮੋਸ਼ੀ ਅਖੀਰ ਖਤਮ ਹੋ ਜਾਏਗੀ ਖਾਮੋਸ਼ੀ ਕੀ ਤੋੜਾ ਖਿਆਲ ਮੈਂ ਬੋਲ ਨਹੀਂ ਰਿਹਾ ਬੈਜੇਰਾ ਉੱਠ ਖੜੋਤਾ ਤੇ ਬਾਰੀ ਕੋਲ ਚਲਾ ਗਿਆ ਫਿਰ ਉਹਨੇ ਕੋਲ ਆ ਕੇ ਕਹਿਣ ਲੱਗਾ ਤੇ ਕੀ ਸੱਚਮੁੱਚ ਤੁਸੀਂ ਮੇਰੀ ਖਾਮੋਸ਼ੀ ਦਾ ਸਬਬਬ ਜਾਣਨਾ ਚਾਹੁੰਦੇ ਹੋ ਸੱਚਮੁੱਚ ਮੇਰੇ ਹਿਰਦੇ ਦਾ ਵਰਤਮਾਨ ਰੂਪ ਵੇਖਣਾ ਚਾਹੁੰਦੇ ਹੋ ਹਾਂ ਸੋਵੀਆ ਨੇ ਇੱਕ ਤਰ੍ਹਾਂ ਡਰ ਨਾਲ ਕਿਹਾ ਜੇ ਤੁਸੀਂ ਨਰਾਜ਼ ਨਹੀਂ ਹੋਗੇ ਨਹੀਂ ਨਹੀਂ ਬੈਜੇਰਾਬ ਨੇ ਉਸ ਹਲਮੂਂ ਕਰਕੇ ਫਿਰ ਕਿਹਾ ਤਾਂ ਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਤੁਹਾਨੂੰ ਪਿਆਰ ਕਰਦਾ ਇੱਕ ਪਾਗਲਵਾ ਸੋਵੀਆ ਤਰਬਕੁੱਠੀ ਬੈਜੇਰਾਬ ਆਪਣਾ ਸਿਰ ਬਾਰੀ ਦੀ ਤਾਕੀ ਨਾਲ ਲਾਈ ਝੁਕਿਆ ਖੜਾ ਸੀ ਉਦਾਸਾ ਜ਼ੋਰ-ਜ਼ੋਰ ਦੀ ਚੱਲ ਰਹੀਆ ਸੀ ਸਾਫ ਉਹਦਾ ਸਾਰਾ ਸਰੀਰ ਕੰਬਦਾ ਦਿਖਾਈ ਦਿੰਦਾ ਸੀ ਪਰ ਇਹ ਕੰਬਾ ਨਾ ਤਾਂ ਹੁਣ ਨਾ ਤਾਂ ਪ੍ਰਣ ਦੀ ਪਹਿਲੀ ਤੀਬਰਤਾ ਦੀ ਕਬਰਾਟ ਸੀ ਤੇ ਨਾ ਜਵਾਨੀ ਦੀ ਮਿੱਠੀ-ਮਿੱਠੀ ਚੁਲਬੁਲਾਟ ਨਾਲ ਭਰੀ ਹੋਈ ਗੁਦਗੁਦੀ ਬਲਕਿ ਬੈਜ਼ੁਰ ਆਵਦੀ ਅੰਤਰਾਤਮਾ 'ਚ ਮੱਚੇ ਹੋਏ ਬਾਗੀ ਭਾਵਾਂ ਦੇ ਉਸ ਭਿਆਨਕ ਸੰਗਰਾਮ ਉਸ ਕਰੜੀ ਕਸ਼ਮਕਸ਼ ਦੀ ਸੂਚਨਾ ਸੀ ਜਿਹੜੀ ਉਹਨੂੰ ਨਾ ਕੇਵਲ ਬੇਕਲ ਬਣਾ ਰਹੀ ਸੀ ਬਲਕਿ ਆਤਮ ਗਿਲਾਣੀਆਂ ਦੀਆਂ ਸੱਟਾਂ ਤੇ ਸੱਟਾਂ ਉਹਦੇ ਦਿਲ ਤੇ ਮਾਰ ਰਹੀ ਸੀ ਸੋਵੀਆ ਡਰੀ ਹੋਈ ਸੀ ਸੈਮੀ ਤੇ ਕਬਰਾਈ ਹੋਈ ਬਜੇਰਾਵ ਨੇ ਆਵਾਜ਼ ਮਾਰੀ ਉਹਦੀ ਆਵਾਜ਼ 'ਚ ਅਚੰਤ ਕਿੰਨੀ ਕਰੂਣਾ ਕਿੰਨੀ ਵੇਦਨਾ ਕਿੰਨੀ ਆਤਮ ਪੇਟ ਸੀ ਬਿਜਲੀ ਦੀ ਤੇਜ਼ੀ ਨਾਲ ਬਜੇਰਾਵ ਉਸ ਵੱਲ ਵਧਿਆ ਉਹਨੇ ਕੋ ਤਾਵਲੀ ਜੀ ਨਜ਼ਰ ਨਾਲ ਸੋਵੀਆ ਵੱਲ ਤੱਕਿਆ ਮਾਨੋ ਉਹਨੇ ਗਵਾਚੀ ਨੂੰ ਢੂੰਡ ਰਿਆ ਹੋਵੇ ਤਦ ਇੱਕ ਵਾਰ ਕੀ ਉਹਦੇ ਦੋਵੇਂ ਹੱਥ ਫੜ ਕੇ ਉਹਨੂੰ ਆਪਣੇ ਵੱਲ ਖਿੱਚਿਆ ਬਾਹਾਂ 'ਚ ਕੱਸ ਲਿਆ ਤੋ 2 ਮਿੰਟ ਬਾਅਦ ਸੋਵੀਆ ਉਤੋਂ ਹਟ ਕੇ ਪਰੇ ਇੱਕ ਨੁੱਕਰ 'ਚ ਖੜੀ ਸੀ ਤੇ ਬੇਜੇਰਾਵ ਉੱਥੇ ਆਪਣੀ ਥਾਂ ਤੇ ਸਿਰ ਝੁਕਾਈ ਖੜਾ ਸੀ ਬੇਜੇਰਾਵ ਉਹ ਕੁਝ ਜਲਦੀ ਜਲਦੀ ਪਰ ਨੀਵੀਂ ਆਵਾਜ਼ 'ਚ ਕਹਿ ਰਹੀ ਸੀ ਤੁਸੀਂ ਮੈਨੂੰ ਸਮਝਣ 'ਚ ਗਲਤੀ ਕਰਦੀ ਐ ਉਹਦੇ ਚਿਹਰੇ ਤੇ ਕਬਰਾੜ ਦੇ ਐਸੇ ਚਿੰਨ ਸਨ ਜੋ ਕਦੀ ਬੇਜੇਰਾਵ ਇੱਕ ਕਦਮ ਵੀ ਅਗਾਹ ਵਧਦਾ ਤਾਂ ਸ਼ਾਇਦ ਉਹ ਚੀਕ ਚਿਹੜਾ ਪਾ ਦਿੰਦੀ ਤੇ ਬੇਜੇਰਾਵ ਮੂੰਹ ਚੱਪਦਾ ਹੋਇਆ ਬਾਹਰ ਨਿਕਲ ਗਿਆ ਅੱਧੇ ਘੰਟੇ ਬਾਅਦ ਨੌਕਰਾਨੀ ਨੇ ਕਾਗਜ਼ ਦਾ ਇੱਕ ਪੁਰਜ਼ਾ ਸੋਵੀਆ ਦੇ ਹੱਥ ਫੜਾਇਆ ਉਸਤੇ ਕੇਵਲ ਇਨਾ ਹੀ ਲਿਖਿਆ ਹੋਇਆ ਸੀ ਮੈਂ ਕੱਲ ਤੱਕ ਠਹਿਰ ਸਕਦਾ ਕਿ ਅੱਜ ਹੀ ਚਲਾ ਜਾਵਾਂ ਸੋਵਿਆ ਨੇ ਕਾਗਜ਼ ਦੀ ਪਿੱਠ ਤੇ ਲਿਖ ਕੇ ਭੇਜਤਾ ਚਲੇ ਜਾਣ ਦੀ ਕੀ ਲੋੜ ਹੈ ਤੁਸੀਂ ਮੈਨੂੰ ਨਹੀਂ ਸਮਝ ਸਕੇ ਨਾ ਹੀ ਮੈਂ ਤੁਹਾਨੂੰ ਸਮਝ ਸਕੀ ਹਾਂ ਪਰ ਉਹ ਆਪਣੇ ਦਿਲ 'ਚ ਸੋਚ ਰਹੀ ਸੀ ਮੈਂ ਤਾਂ ਆਪਣੇ ਆਪ ਨੂੰ ਵੀ ਨਹੀਂ ਸਮਝ ਸਕੀ ਰੋਟੀ ਵੇਲੇ ਤੱਕ ਉਹ ਬਾਹਰ ਨਾ ਨਿਕਲੀ ਕਮਰੇ 'ਚ ਹੀ ਟਹਿਲਦੀ ਰਹੀ ਕਦੀ ਬਾਰੀ ਕੋਲ ਜਾ ਕੇ ਲੌਂਦੀ ਕਦੀ ਸ਼ੀਸ਼ਾ ਵੇਖਣ ਲੱਗ ਪੈਂਦੀ ਕਦੀ ਰੁਮਾਲ ਨਾਲ ਆਪਣੀ ਗਿੱਚੀ ਰਗੜਨ ਲੱਗ ਪੈਂਦੀ ਉਹਨੂੰ ਆਪਣੇ ਗਲੇ ਤੇ ਇੱਕ ਤਾਂ ਸੜਨ ਜੀ ਹੋ ਰਹੀ ਸੀ ਕੜੀ ਮੁਰੀ ਆਪਣੇ ਤੇ ਸਵਾਲ ਕਰਦੀ ਕਿਉਂ ਤੂੰ ਉਹਦਾ ਦਿਲ ਫੋਲਣਾ ਚਾਇਆ ਕਿਉਂ ਤੂੰ ਉਹਦਾ ਵਿਸ਼ਵਾਸ ਪ੍ਰਾਪਤ ਕਰਨੀ ਗਾਂ ਵਦੀ ਸੱਚ ਮੁੱਚ ਕਸੂਰ ਮੇਰਾ ਹੀ ਸੀ ਫਿਰ ਵੀ ਕੀ ਮੈਨੂੰ ਉਮੀਦ ਸੀ ਕਿ ਮਾਮਲਾ ਇੱਥੋਂ ਠੀਕ ਵੱਧ ਜਾਏਗਾ ਸੋਚਦਿਆਂ ਸ਼ਰਮ ਨਾਲ ਉਹਦਾ ਮੂੰਹ ਲਾਲ ਹੋ ਗਿਆ ਉਹਨੂੰ ਇਸ ਵੇਲੇ ਬੈਜੇਰ ਆਪ ਦਾ ਉਹ ਭਿਆਨਕ ਚਿਹਰਾ ਦਿਖਾਈ ਦੇ ਰਿਹਾ ਸੀ ਜਿਹੜਾ ਉਹਨੇ ਉਸ ਵੇਲੇ ਤੱਕਿਆ ਜਦੋਂ ਉਹ ਸੋਇਆ ਉੱਤੇ ਲਪਕਿਆ ਸੀ ਟਹਿਲਦਿਆਂ ਟਹਿਲਦਿਆਂ ਅਚਾਨਕ ਉਹਦੀ ਨਜ਼ਰ ਸ਼ੀਸ਼ੇ ਤੇ ਪਈ ਉਹ ਆਪਣਾ ਹੁਲੀਆ ਦੇਖ ਕੰਬੁੱਠੀ ਉਹਦੇ ਅੰਦਰੋਂ ਕੋਈ ਕਹਿ ਰਿਹਾ ਸੀ ਕਿ ਤੂੰ ਉਹੀ ਹੈ ਉਹਦੇ ਦਿਲ ਦੀ ਸ਼ਾਂਤੀ ਡਗਮਗਾਈ ਤਾਂ ਨਹੀਂ ਪਰ ਉਹ ਕੁਝ ਸਥਲ ਤੇ ਉਦਾਸ ਜ਼ਰੂਰ ਹੋ ਗਈ ਇਥੋਂ ਤੱਕ ਕਿ ਉਹਦੀਆਂ ਅੱਖਾਂ 'ਚ ਥੋੜੀ ਜਿਹੀ ਗਿੱਲ ਵੀ ਆ ਗਈ ਪਰ ਇਹ ਨਾ ਅਥਰੂਆਂ ਦਾ ਕਾਰਨ અપਮਾਨ ਨਹੀਂ ਸੀ અપਮਾਨ ਦਾ ਤਾਂ ਉਹਨੂੰ ਚਿਤ ਜੇਤਾ ਵੀ ਨਹੀਂ ਸੀ ਉਹ ਤਾਂ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਕਸੂਰਵਾਰ ਮੰਨ ਰਹੀ ਸੀ ਅਣਸਮਝੀਆਂ ਭਾਵਨਾਵਾਂ ਦੇ ਜ਼ੋਰ 'ਚ ਜਾ ਆ ਕੇ ਅੱਜ ਉਹਨੇ ਜ਼ੋਰ ਜ਼ੋਰੀ ਆਪਣੇ ਆਪ ਨੂੰ ਗਾਂ ਧੱਕਿਆ ਸੀ ਸ਼ਾਇਦ ਉਹਨੂੰ ਜ਼ਿੰਦਗੀ ਦਾ ਬੇਅਰਥ ਰੂਪ ਚ ਬੀਤਣਾ ਪਾਰੂ ਹੋ ਉਠਿਆ ਸੀ ਜਾਂ ਕਿਸੇ ਪ੍ਰਾਪਤੀ ਦੀ ਬੇਰਮੀ ਨੇ ਉਹਨੂੰ ਆਪੇ ਤੋਂ ਬਾਹਰ ਕਰ ਦਿੱਤਾ ਸੀ ਉਹਨੇ ਇਸ ਵੇਲੇ ਇੱਕ ਵੇਰ ਫੇਰ ਆਪਣੇ ਅੰਦਰ ਝਾਕ ਕੇ ਦੇਖਿਆ ਪਰ ਉੱਥੇ ਉਹਨੂੰ ਛੋਟੇ ਕੈਸੀ ਚੀਜ਼ ਦੇ ਜਿਹੜੇ ਨਿਰਾਂ ਸਖਣਾਪਨ ਸੀ ਜਿਹਨੂੰ ਵੇਖ ਕੇ ਅੰਨੇ ਵਿਦਰੋਹ ਦੇ ਜਜ਼ਬੇ ਉੱਠਣ ਲੱਗ ਪੈਂਦੇ ਸਨ ਹੋਰ ਕੁਝ ਵੀ ਨਹੀਂ ਸੀ ਦਿਸਦਾ ਅੰਗ 16ਵਾਂ ਭਾਵੇਂ ਸੋਵੀਆ 'ਚ ਆਤਮ ਸੰਜਮ ਦੀ ਘਾਟ ਨਹੀਂ ਸੀ ਮਾਨਸਿਕ ਕਮਜ਼ੋਰੀਆਂ ਦਾ ਮੁਕਾਬਲਾ ਕਰਨ ਦੀ ਤਾਕਤ ਵੀ ਉਸpassa ਐ ਸੀ ਫਿਰ ਵੀ ਅੱਜ ਇਸ ਵੇਲੇ ਉਹ ਰੋਟੀ ਖਾਣ ਲੱਗੀ ਗਰਾਈ ਉਹਦੇ ਸੰਗੋਂ ਨਹੀਂ ਸੀ ਉਤਰਦੀ ਬੈਜੇਰਾਮ ਨੇ ਇੱਕ ਗੁਸਤਾਖ ਆਦਮੀ ਵਾਂਗ ਮੌਂਤਾ ਰਿਹਾ ਸੀ ਉਹਦੇ ਹਰ ਇੱਕ ਅੰਗ ਚ ਜਵਾਨੀ ਫੁੱਟ ਰਹੀ ਸੀ ਉਹਦਾ ਉਤਰਿਆ ਹੋਇਆ ਚਿਹਰਾ ਉਪਰੋਂ-ਉਪਰਾ ਮਾਲੂਮ ਹੋ ਰਿਹਾ ਸੀ ਸੋਵਿਆ ਨੇ ਉਸ ਵੱਲ ਇੱਕ ਦੋ ਵਾਰੀ ਦੇਖਿਆ ਨਜ਼ਰ ਚੁਰਾ ਕੇ ਨਹੀਂ ਬਲਕਿ ਉੱਚੇ-ਚੇੇ ਤੌਰ ਤੇ ਉਹਦੇ ਚਿਹਰੇ ਤੇ ਅੱਖਾਂ ਗੱਡ ਕੇ ਪਰ ਉਹ ਨਾ ਹਿਲਿਆ ਨਾ ਬੋਲਿਆ ਰੋਟੀ ਖਾ ਕੇ ਸਾਰੇ ਜਣੇ ਬਗੀਚੇ 'ਚ ਆ ਗਏ ਸੋਵੀਆ ਨੂੰ ਜਾਪਿਆ ਜਿਵੇਂ ਬੈਜੇਰਾਵ ਉਹਦੇ ਕੋਲ ਗਿਆ ਪਰ ਉਹਦੀਆਂ ਅੱਖਾਂ ਤਾਂ ਨਹੀਂ ਉੱਠ ਸਕੀਆਂ ਮੈਂ ਤੁਹਾਨੂੰ ਮਾਫੀ ਚਾਹਉਣਾ ਉਹ ਪੜਾਈ ਆਵਾਜ਼ 'ਚ ਬੋਲਿਆ ਮੈਂ ਤੁਹਾਨੂੰ ਗੁੱਸਾ ਕੀਤਾ ਨਹੀਂ ਬੈਜੇਰਾਵ ਮੈਂ ਗੁੱਸੇ ਨਹੀਂ ਹਾਂ ਬਲਕਿ ਦੁਖੀ ਹਾਂ ਤਾਂ ਇਹ ਹੋਰ ਵੀ ਬੁਰਾ ਹੈ ਉਹਨੇ ਕਿਹਾ ਕੁਝ ਵੀ ਹੈ ਮੈਂ ਆਪਣੇ ਕੀਤੇ ਦੀ ਪੂਰੀ ਪੂਰੀ ਸਜ਼ਾ ਪਾ ਲਈ ਹੈ ਤੁਸੀਂ ਸਵੀਕਾਰ ਕਰੋਗੇ ਕਿ ਮੇਰੀ ਹਾਲਤ 'ਚ ਵੇਲੇ ਸਭ ਤੋਂ ਵਧੇਰੇ ਮੇਰੀ ਹਾਲਤ ਵਿੱਚ ਇਸ ਵੇਲੇ ਸਭ ਤੋਂ ਵੱਧ ਤਰਸੀ ਹੋ ਗਏ ਤੁਸੀਂ ਮੈਨੂੰ ਉੱਤਰ ਚ ਲਿਖਿਆ ਸੀ ਕਿ ਜਾਣ ਦੀ ਕੀ ਲੋੜ ਹੈ ਪਰ ਮੈਂ ਹੁਣ ਨਾ ਤਾਂ ਠਹਿਰ ਸਕਦਾ ਨਾ ਹੀ ਠਹਿਰਨਾ ਚਾਹਣਾ ਕੱਲ ਮੈਂ ਚਲਾ ਜਾਵਾਂਗਾ ਕਿਉਂਕਿ ਬੀਤੀਆਂ ਗੱਲਾਂ ਨੂੰ ਫੋਲਣ ਦਾ ਹੁਣ ਕੋਈ ਲਾਭ ਨਹੀਂ ਖੈਰੇ ਤਾਂ ਦੋ ਦਿਨ ਅੱਗੇ ਜਾਂ ਪਿੱਛੇ ਆਉਣਾ ਹੀ ਸੀ ਸੋ ਮੈਨੂੰ ਜਾਣਾ ਹੀ ਪਏਗਾ ਹਾਂ ਸਿਰਫ ਇੱਕ ਹਾਲਤ ਹੁਣ ਮੁੜ ਕੇ ਆ ਸਕ ਆ ਨਹੀਂ ਸਕਦੀ ਤੁਸੀਂ ਮੇਰਾ ਢੀਠਪੁਣਾ ਖਿਮਾ ਕਰ ਦੇਣਾ ਅਖੀਰ ਚ ਮੈਂ ਇਨਾਂ ਕੋ ਹੋਰ ਕਹਦੇ ਆ ਕਿ ਤੁਸੀਂ ਨਾ ਤਾਂ ਅੱਜ ਹੀ ਮੈਨੂੰ ਚਾਹਦੇ ਹੋ ਤੇ ਨਾ ਅੱਗੇ ਨੂੰ ਚਾਹੋਗੇ ਸੋਵੀਆ ਨੇ ਕੋਈ ਉੱਤਰ ਨਾ ਦਿੱਤਾ ਉਹ ਸੋਚ ਰਹੀ ਸੀ ਆਦਮੀ ਤਾਂ ਸੱਚਮੁੱਚ ਇੱਕ ਡਰਾਣੀ ਚੀਜ਼ ਹੈ ਅੱਛਾ ਆ ਗਿਆ ਬੇਜੇਰਾਮ ਨੇ ਸੋਵੀਆ ਦੇ ਮਨ ਦਾ ਖਿਆਲ ਪਾਪ ਕੇ ਕਿਹਾ ਤੇ ਉਹ ਆਪਣੇ ਕਮਰੇ 'ਚ ਮੁੜ ਆਇਆ ਸੋਵੀਆ ਨੇ ਇੰਨਾ ਨੂੰ ਆਪਣੇ ਕੋਲ ਸੱਦ ਲਿਆ ਤੇ ਸ਼ਾਮ ਤੱਕ ਉਸੇ ਨਾਲ ਗੱਲ ਹੀ ਕੱਥੀ ਲੱਗੀ ਰਹੀ ਅੱਜ ਉਹਨੇ ਤਾਸ਼ ਵੀ ਨਹੀਂ ਖੇਡੀ ਘੜੀ ਮੁੜੀ ਹੱਸਣ ਦੀ ਕੋਸ਼ਿਸ਼ ਕਰਦੀ ਸੀ ਆਰਕੇਡੀ ਨੂੰ ਵੇਖ ਕੇ ਹੈਰਾਨ ਸੀ ਤੇ ਲਗਾਤਾਰ ਜਿਵੇਂ ਕਿ ਹਰ ਲਾਇਕ ਗੱਭਰੂ ਸੋਚਦਾ ਹੈ ਉਹ ਇਹੋ ਸਵਾਲ ਆਪਣੇ ਦਿਲ ਪਾਸੋਂ ਪੁੱਛ ਰਿਹਾ ਸੀ ਇਹਦਾ ਅਰਥ ਕੀ ਹੈ ਉਧਰ ਬੇਜੇਰਾਵ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ ਸਿਰਫ ਚਾਹ ਪੀਣ ਲਈ ਉਹ ਬਾਹਰ ਆਇਆ ਉਸ ਵੇਲੇ ਸੋਵੀਆ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਮਿੱਤਰਤਾ ਭਰਪੂਰ ਇੱਕ ਦੋ ਵਾਕ ਕਹੇ ਪਰ ਉਹਨੂੰ ਸੰਬੋਧਨ ਲਈ ਕੋਈ ਵੀ ਲੋੜੀਂਦਾ ਸ਼ਬਦ ਨਾ ਜੱਚਿਆ ਉਸ ਵੇਲੇ ਇੱਕ ਅਚਾਨਕੀ ਘਟਨਾ ਨੇ ਉਹਨੂੰ ਉਲਝਣ 'ਚੋਂ ਕੱਢ ਦਿੱਤਾ ਇੱਕ ਨੌਕਰ ਨੇ ਆ ਕੇ ਖਬਰ ਦਿੱਤੀ ਕਿ ਸਿਟਨੀ ਆਇਆ ਹੈ ਕਮਰੇ ਚ ਦਾਖਲ ਹੋਣ ਵੇਲੇ ਨਵੀਂ ਰੌਸ਼ਨੀ ਦੇ ਦਾਵੇਦਾਰ ਇਸ ਗੱਭਰੂ ਦਾ ਜਿਹੜਾ ਅਨੋਖਾ ਰੂਪ ਪ੍ਰਗਟ ਹੋਇਆ ਉਹਦਾ ਵਰਣਨ ਕਰਨਾ ਓਕੇ ਭਾਵੇਂ ਸਿਟਨੀ ਨੇ ਆਪਣੀ ਸੁਭਾਵਕ ਬੇਸ਼ਰਮੀ ਨਾਲ ਕੇਵਲ ਆਪਣੇ ਦੋਸਤਾਂ ਦਾ ਪਤਾ ਮਲੂਮ ਕਰਕੇ ਇੱਕੋ ਪ੍ਰੀਤਵੀ ਦੇ ਘਰ ਆਉਣ ਦੀ ਦਲੇਰੀ ਕੀਤੀ ਸੀ ਫਿਰ ਵੀ ਉਸ ਘਰ ਚ ਪੈਰ ਰੱਖਣ ਸਮੇਂ ਉਹਦੀ ਇੱਕ ਇੱਕ ਹੱਡੀ ਕੰਬ ਰਹੀ ਸੀ ਕਬਰਾਰਤ ਪਹਿਲਾਂ ਤੋਂ ਯਾਦ ਕੀਤੇ ਮੁੱਢਲੇ ਫਤਿਹ ਫਤੂਈ ਦੇ ਮਾਫੀ ਦੇ ਬਦਲੇ ਰੋਜ਼ੀ ਦੇ ਕਈ ਹੋਏ ਬੇਮਤਲਬ ਸਮਾਚਾਰਾਂ ਨੂੰ ਬੋਲ ਗਿਆ ਕੁਝ ਮਿੰਟਾਂ ਚੋ ਇਸ ਤਰ੍ਹਾਂ ਥਰਥਰਾਉਣ ਲੱਗਾ ਬੌਂਦਲ ਗਿਆ ਕੁਰਸੀ ਦੇ ਥਾਂ ਆਪਣੀ ਟੋਪੀ ਤੇ ਬੈਠ ਗਿਆ ਸੁੱਕ ਹੋਈ ਕਿ ਕਿਸੇ ਨੇ ਉਹਨੂੰ ਧੱਕਾ ਮਾਰ ਕੇ ਬਾਹਰ ਨਹੀਂ ਕੱਢ ਦਿੱਤਾ ਤੇ ਜਿਉਂ ਹੀ ਸੋਵੀਆ ਨੇ ਆਪਣੀ ਮਾਸੀ ਤੇ ਐਨਾ ਨਾਲ ਉਹਦੀ ਜਾਣ ਪਛਾਣ ਕਰਾਈ ਉਹਦਾ ਦਿਮਾਗ ਫਿਰ ਟਕਾਣੇ ਆ ਗਿਆ ਉਹ ਆਪਣੀ ਆਦਤ ਅਨੁਸਾਰ ਪਰ ਚੰਚਲਤਾ ਨਾਲ ਬੇਤੁਕੀਆਂ ਮਾਰਨ ਲੱਗਿਆ ਜ਼ਿੰਦਗੀ ਚ ਕਦੀ ਕਦੀ ਕਿਸੇ ਮਾਮੂਲੀ ਜੀ ਚੀਜ਼ ਦਾ ਪ੍ਰਵੇਸ਼ ਲਾਭਦਾਇਕ ਹੁੰਦਾ ਹੈ ਕਿਉਂਕਿ ਉਹ ਕਈ ਅਤ ਉਲਝੀਆਂ ਹੋਈਆਂ ਗੰਡਾਂ ਨੂੰ ਖੋਲਣ ਚ ਸਾਡੀ ਸਹਾਇਤਾ ਕਰਦੀ ਹੈ ਸਿਤਲੀ ਦਾ ਪ੍ਰਵੇਸ਼ ਵੀ ਇਸੇ ਪ੍ਰਭਾਵ ਨੂੰ ਨਾਲ ਲੈ ਕੇ ਹੋਇਆ। ਉਹਦੇ ਆਉਂਦਿਆਂ ਹੀ ਹਰ ਇੱਕ ਗੱਲ ਫੇਰ ਸਰਲ ਹੋ ਗਈ ਤੇ ਉਸ ਰਾਤੀ ਸਾਰਿਆਂ ਨੇ ਖਾਦਾ ਪੀਤਾ ਵੀ ਖੂਬ ਡਟ ਕੇ। ਆਰਕੇੜੀ ਨੇ ਸੌਣ ਲੱਗਿਆਂ ਬੇਜੇਰਾਵ ਨੂੰ ਪੁੱਛਿਆ ਬੇਜੇਰਾਵ ਅੱਜ ਮੈਂ ਤੇਰੇ ਹੀ ਕਥਨ ਨੂੰ ਤੇਰੇ ਤੇ ਵਰਤਦਾ ਜਿਹੜਾ ਮੈਨੂੰ ਇੱਕ ਦਿਨ ਕਿਹਾ ਸੀ ਤੂੰ ਵੀ ਇੰਨਾ ਚੁੱਪ ਕਿਉਂ ਰਹਿਣਾ ਹੈ। ਮੈਂ ਕੱਲ ਆਪਣੇ ਪਿੰਡ ਜਾ ਰਿਹਾ ਹਾਂ ਬੇਜੇਰਾਵ ਨੇ ਬਿਨ ਆਰਕੇੜੀ ਦੇ ਪ੍ਰਸ਼ਨ ਦਾ ਉੱਤਰ ਦਿੱਤੇ ਅੰਕਿਆ। ਇਹ ਸੁਣ ਕੇ ਆਰਕੇੜੀ ਦੇ ਦਿਲ ਨੂੰ ਕੋਈ ਗੁੱਜੀ ਜੀ ਖੁਸ਼ੀ ਹੋਈ। ਨਾਲ ਹੀ ਹੈਰਾਨੀ ਵੀ। ਉਨੇ ਬੇਜੇਰਾ ਆਪ ਦੀ ਗੱਲ ਤੇ ਟੀਕਾ ਕਰਦੇ ਆਂ ਕਿਆ ਤਾਂ ਕਿ ਐਸੀ ਕਰਕੇ ਤੂੰ ਅਫਸੋਸਿਆ ਹੋਇਆ ਬੇਜੇਰਾਵ ਨੇ ਅੰਗੜਾਈ ਲੈਣੇ ਆ ਕਿਆ ਬਹੁਤੀਆਂ ਕੋਖਾਂ ਕਰੇਗਾ ਤੇ ਬੁੱਢਾ ਹੋ ਜਾਏਗਾ ਤੇ ਸੋਵੀਆ ਦਾ ਕੀ ਬਣੇਗਾ ਹਰਕਿ ਐਡੀ ਨੇ ਗੱਲ ਨੂੰ ਖਿੱਚਦੇ ਆ ਹੋਇਆ ਕਿਆ ਉਹ ਤੈਨੂੰ ਜਾਣ ਦੇਗੀ ਕਿਉਂ ਕਿ ਮੈਂ ਉਹਦਾ ਤਨਖਾਹਦਾਰ ਨੌਕਰ ਤਨਖਾਹਦਾਰ ਨੌਕਰ ਹੁੰਦੇ ਤਾਂ ਸ਼ਾਇਦ ਬਹੁਤੀ ਫਿਕਰ ਵਾਲੀ ਗੱਲ ਨਹੀਂ ਸੀ ਪਰ ਮੈਨੂੰ ਤੇ ਜਾਪਦਾ ਵੀ ਤੂੰ ਉਹਦਾ ਬੇਤਨਖਾਹ ਨੌਕਰ ਹੋ ਗਿਆ ਬੇਜੇਰਾ ਬਿਨਾਂ ਕੋਈ ਉੱਤਰ ਦਿੱਤੇ ਆਂ ਕੰਧ ਵੱਲ ਮੂੰਹ ਕਰਕੇ ਲੇਟ ਗਿਆ ਥੋੜਾ ਚਿਰ ਚੁੱਪ ਵਰਤੀ ਰਹੀ ਫਿਰ ਆਰਕੇਡੀ ਬੋਲ ਉઠਿਆ ਬੇਜੇਰਾ ਮੈਂ ਵੀ ਕੱਲ ਇੱਥੋਂ ਜਾਣਾ ਚਾਹੁੰਦਾ ਬੇਜੇਰਾ ਉਸੇ ਤਰ੍ਹਾਂ ਚੁੱਪ ਰਿਹਾ ਆਰਕੇਡੀ ਫਿਰ ਬੋਲਿਆ ਅਸੀਂ ਦੋਵੇਂ ਮੈਰੀਨੋ ਹੀ ਚੱਲਾਂਗੇ ਕਿਉਂਕਿ ਤੇਰਾ ਸਮਾਨ ਵੀ ਉੱਥੇ ਹੀ ਹੈ ਆਰਕੇਡੀ ਫਿਰ ਸੋਚਾਂ ਚ ਡੁੱਬ ਗਿਆ ਕੀ ਵਜ੍ਹਾ ਹੈ ਕਿ ਉਹ ਮੈਥੋਂ ਇੰਨਾ ਵੀ ਨਹੀਂ ਪੁੱਛਦਾ ਵੀ ਤੂੰ ਕਿਉਂ ਜਾ ਰਿਹਾ ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਦੋਵੇਂ ਇੱਥੋਂ ਨਸਨ ਦੀ ਕਰ ਰਹੇ ਹਾਂ ਉਹ ਇੱਥੋਂ ਜਾਨ ਚੌਕ ਮਹਿਸੂਸ ਕਰ ਰਿਹਾ ਤੇ ਨਾਲ ਹੀ ਉਹ ਵੀ ਸੋਚ ਰਿਹਾ ਹੈ ਕਿਦਾ ਬੇਜੇਰਾ ਤੋਂ ਬਿਨਾ ਇੱਥੇ ਰਹਿਣਾ ਠੀਕ ਨਹੀਂ ਹੋਏਗਾ ਫਿਰ ਸੋਚਣ ਲੱਗਾ ਜ਼ਰੂਰ ਇਹਨਾਂ ਦੋਹਾਂ 'ਚ ਕੋਈ ਖਟਪੱਟੀ ਹੋ ਗਈ ਹੈ ਫਿਰ ਉਹਦੇ ਚਲੇ ਜਾਣ ਤੋਂ ਬਾਅਦ ਮੇਰਾ ਇੱਥੇ ਲਟਕਿਆ ਰਹਿਣਾ ਕਿਸ ਕੰਮ ਸੋਵੀਆ ਤਾਂ ਅੱਗੇ ਵੀ ਮੈਥੋਂ ਦੂਰ ਭੱਜਦੀ ਹੈ ਹੁਣ ਤਾਂ ਅਖੀਰਲੀ ਆਸ ਵੀ ਟੁੱਟ ਗਈ ਪਰ ਕੀ ਮੈਂ ਇਹਨਾਂ ਨੂੰ ਵੀ ਗਿਆ ਗੁਵਾਰੇਆਂ ਤਦੋ ਜੋਸ਼ ਚ ਬੋਲਿਆ ਕਿਸ ਸ਼ੈਤਾਨ ਨੇ ਇਸ ਬੇਵਕੂਫ ਸਿਟੀ ਨੂੰ ਇੱਥੇ ਭੇਜ ਦਿੱਤਾ ਤੂੰ ਨਿਰਾ ਉੱਲੂ ਹੈ ਬੇਜੇਰਾਵ ਨੇ ਉੱਤਰ ਦਿੱਤਾ ਸਿਡਨੀ ਵਰਗੇ ਆਦਮੀ ਬਿਨਾ ਤਾਂ ਸਾਡਾ ਕੰਮ ਹੀ ਨਹੀਂ ਸੀ ਚੱਲ ਸਕਦਾ। ਜਾਣਨਾ ਹੀ ਮੈਨੂੰ ਇਹੋ ਜਿਹੇ ਖੋਤਿਆਂ ਦੀ ਲੋੜ ਰਹਿੰਦੀ ਹੈ। ਦੂਜੇ ਦਿਨ ਜਦੋਂ ਆਰਕੇਡੀ ਨੇ ਸੋਵੀਆ પાસે ਜਾਣ ਦੀ ਆਗਿਆ ਮੰਗੀ ਤਾਂ ਸੋਵੀਆ ਨੇ ਕੋਈ ਬਹੁਤੀ ਹੈਰਾਨੀ ਨਹੀਂ ਪ੍ਰਗਟ ਕੀਤੀ। ਜਪਦਾ ਸੀ ਜਿਵੇਂ ਬੜੀ ਸਖਤ ਥੱਕ ਗਈ ਹੈ। ਇਹਨਾ ਆਰਕੇਡੀ ਵੱਲ ਤੱਕ ਰਹੀ ਸੀ ਕੇਵਲ ਮਾਸੀ ਦਾ ਚਿਹਰਾ ਅਜ ਖਿਹੜਿਆ ਖਿਹੜਿਆ ਨਜ਼ਰੀ ਆਉਂਦਾ ਸੀ। ਸ਼ਾਇਦ ਉਹ ਆਪਣੇ ਦੁਸ਼ਾਲੇ 'ਚ ਲਪੇਟੇ ਹੱਥ ਜੋੜ ਕੇ ਰੱਬ ਦਾ ਸ਼ੁਕਰ ਕਰ ਰਹੀ ਸੀ। ਸਿੱਟੋ ਨੇ ਜਦ ਦੋਆਂ ਦੀ ਤਿਆਰੀ ਸੁਣੀ ਸਖਤ ਘਬਰਾ ਗਿਆ ਵਿਚਾਰਾ ਹੁਣ ਇੱਕ ਨਵੀਂ ਕਿਸਮ ਦਾ ਸੂਟ ਪਾ ਕੇ ਆਇਆ ਸੀ ਸ਼ਿਕਾਰੀ ਦੀ ਗੋਲੀ ਖਾਦੇ ਖਰਗੋਸ਼ ਵਾਂਗ ਉਹ ਖਬਰ ਸੁਣ ਕੇ ਦੋ ਚਾਰ ਕਦਮ ਪਿੱਛੇ हट ਗਿਆ ਤੇ ਸਹਿਮ ਕੇ ਸਗੋਂ ਰੋਣਾ ਜਿਹਾ ਮੂੰਹ ਬਣਾ ਕੇ ਬੋਲਿਆ ਤਾਂ ਕੀ ਮੈਂ ਇੱਥੇ ਰਹਿ ਕੇ ਕੀ ਕਰਨਾ ਹੈ ਮੇਰਾ ਘੋੜਾ ਗੱਡੀ ਬੜਾ ਵਧੀਆ ਹੈ ਸਿੱਟੋ ਨੇ ਆਰ ਕੇ ਢੀ ਨੂੰ ਕਿਹਾ ਤੁਸੀਂ ਮੇਰੇ ਨਾਲ ਬੈਠ ਜਾਣਾ ਪਰ ਤੁਹਾਡਾ ਤਾਂ ਰਸਤਾ ਦੂਸਰਾ ਕੋਈ ਪਰਵਾਹ ਨਹੀਂ ਮੇਰੇ ਕੋਲ ਵਕਤ ਕਾਫੀ ਹੈ ਮੈਂ ਵੀ ਤੁਹਾਡੇ ਪਿੰਡ ਵੱਲ ਹੀ ਹੁੰਦਾ ਜਾਵਾਂਗਾ ਉੱਧਰ ਮੈਨੂੰ ਥੋੜਾ ਜਿਹਾ ਕੰਮ ਵੀ ਹੈ ਸ਼ਰਾਫ ਰੋਸ਼ੀ ਦਾ ਆਰਕੇਡੀ ਨੇ ਇੱਕ ਨਫਰਤ ਰਲਵੇਂ ਮੁਖੌਲ ਨਾਲ ਉਸ ਵੱਲ ਤੱਕ ਕੇ ਕਿਹਾ ਸੁਣ ਕੇ ਸਿੱਟ ਨੂੰ ਇੰਨਾ ਘਬਰਾ ਗਿਆ ਕਿ ਚੰਗੀ ਤਰ੍ਹਾਂ ਹੱਸ ਵੀ ਨਾ ਸਕਿਆ ਬੇਜੇਰਾਵ ਨੂੰ ਵਿਦਾ ਕਰਨ ਸਮੇ ਸੋਵਿਆ ਨੇ ਆਪਣਾ ਹੱਥ ਉਸ ਵੱਲ ਵਧਾਉਂਦਿਆਂ ਕਿਹਾ ਫਿਰ ਮਿਲੋਗੇ ਨਾ ਜੇ ਤੁਸੀਂ ਆਗਿਆ ਦਿੱਤੀ ਬੇਜੇਰਾਵ ਨੇ ਉੱਤਰ ਚ ਕਿਹਾ ਤਾਂ ਤੇ ਮੈਨੂੰ ਜ਼ਰੂਰ ਉਮੀਦ ਰੱਖਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਰਕੇਡੀ ਪੌੜੀਆਂ ਤੋਤਰਿਆ ਇਸ ਤੋਂ ਬਾਅਦ ਬੇਜੇਰਾਵ ਗੱਡੀ ਤੁਰ ਪਈ ਦੋਵੇਂ ਦੋਸਤ ਅਜ ਚੋਖੇ ਦਿਨਾਂ ਬਾਅਦ ਇੱਕ ਦੂਜੇ ਦੇ ਨੇੜੇ ਬੈਠੇ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਤ ਹੋਈ ਉਹ ਬਜੇਰਾ ਵੱਲੋਂ ਆਰਕੇਡੀ ਤੈਨੂੰ ਮੇਰੇ ਪਿੰਡ ਚੱਲਣਾ ਪਏਗਾ। ਕਿਉਂ? ਆਰਕੇਡੀ ਨੇ ਕਿਹਾ ਤੂੰ ਤੇ ਮੇਰੇ ਘਰ ਚੱਲਣ ਲਈ ਤਿਆਰ ਹੋਇਆ ਸੈਂ। ਨਹੀਂ ਮੇਰੇ ਮਾਪਿਓ ਬੜੇ ਦੁਖੀ ਹੋਣਗੇ। ਉੱਥੇ 2-4 ਦਿਨ ਰਹਿ ਕੇ ਫਿਰ ਤੇਰੇ ਘਰ ਚਲਾਂਗੇ। ਜਿਵੇਂ ਤੇਰੀ ਮਰਜ਼ੀ। ਆਰਕੇਡੀ ਨੇ ਕੋਈ ਹੀਲ ਹੁਜਤ ਨਾ ਕੀਤੀ। ਆਰਕੇਡੀ ਨੇ ਬੜੇ ਉਮਾਨ ਨਾਲ ਬੈਜੇਰਾਵ ਦੇ ਮੋਢੇ ਤੇ ਹੱਥ ਰੱਖਿਆ ਮਾਨੋ ਬੜਾ ਚਿਰ ਗੁਆਚਾ ਰਹਿਣ ਤੋਂ ਬਾਅਦ ਉਹਨੂੰ ਆਪਣਾ ਦੋਸਤ ਲੱਭਿਆ ਸੀ ਸਾਰੀ ਰਾਤ ਬੈਜੇਰਾਵ ਨੇ ਅੱਖਾਂ 'ਚ ਬਤਾਈ ਪਿਛਲੇ ਕਈ ਦਿਨਾਂ ਤੋਂ ਉਹਨੇ ਖਾਦਾ ਪੀਤਾ ਵੀ ਬਹੁਤ ਘੱਟ ਸੀ ਸਿਗਰਟ ਨੂੰ ਤਾਂ ਛੋਇਆ ਵੀ ਨਹੀਂ ਸੀ ਅੱਖਾਂ ਤੱਕ ਨੀਵੀ ਹੋਈ ਟੋਪੀ ਦੀ ਓਟ 'ਚ ਉਹਦੇ ਚਿਹਰੇ ਦਾ ਪ੍ਰਭਾਵ ਅਜ ਕੁਝ ਸੁਸਤ ਜਿਹਾ ਜਾਪਦਾ ਸੀ ਅੱਛਾ ਯਾਰ ਇੱਕ ਸਿਗਰਟ ਤਾਂ ਦੇ ਬੈਜੇਰਾਵ ਨੇ ਚੁੱਪ ਨੂੰ ਤੋੜਿਆ ਸਿਗਰਟ ਦੇਂਦੇ ਆਰਕੀਡੀ ਨੇ ਕਿਹਾ ਕਿਉਂ ਇੰਨਾ ਸੁਸਤ ਹੋ ਗਿਆ ਏ ਤੂੰ ਸਭ ਠੀਕ ਹੋ ਜਾਏਗਾ ਬੈਜੇਰਾਵ ਬੋਲਿਆ ਹਾਂ ਇੱਕ ਗੱਲ ਦੀ ਮੈਨੂੰ ਚਿੰਤਾ ਹੈ ਮੇਰੀ ਮਾਂ ਬੜੀ ਵਹਿਮਣ ਹੈ ਮੈਂ ਭਾਵੇਂ ਕੁੱਪੇ ਵਾਂਗ ਫੁੱਲਿਆ ਫੇਰ ਵੀ ਉਹ ਮੈਨੂੰ ਕਮਜ਼ੋਰ ਹੀ ਸਮਝਦੀ ਹੈ ਜੇ ਦਿਨ ਚ 10 ਵਾਰੀ ਖਾਣਾ ਨਾ ਖਾਵਾਂ ਤਾਂ ਪਾਗਲ ਹੋ ਜਾਏਗੀ ਪਿਤਾ ਦਾ ਮੈਨੂੰ ਕੋਈ ਡਰ ਨਹੀਂ ਉਹਨੇ ਆਪਣੀ ਜ਼ਿੰਦਗੀ ਚ ਬਥੇਰੇ ਉਤਾਰ ਚੜਾ ਵੇਖੇ ਨੇ ਗੱਡੀ ਚੱਲਦੀ ਗਈ ਚੱਲਦੀ ਗਈ ਥੋੜਾ ਚਿਰ ਚੁੱਪ ਰਹਿ ਕੇ ਬੈਜ਼ੇ ਰਾਵ ਫਿਰ ਬੋਲਿਆ ਸੁਣਾ ਆਰ ਕੇ ਡੀ ਕਿੰਨਾ ਸ਼ਾਨਦਾਰ ਸਬਕ ਮਿਲਿਆ ਭਾਵੇਂ ਹਰ ਇੱਕ ਆਦਮੀ ਇੱਕ ਤਾਰ ਦੇ ਸਹਾਰੇ ਲਟਕ ਰਿਹਾ ਹੈ ਜਿਵੇਂ ਖੇਤ ਦੀ ਜ਼ਮੀਨ ਭਾਵੇਂ ਕਿਸੇ ਵੇਲੇ ਵੀ ਫਟ ਸਕਦੀ ਹੈ ਫਿਰ ਵੀ ਆਦਮੀ ਲਟਕਦਾ ਹੈ ਆਪਣੇ ਚਾਹੀ ਪਾਸੀ ਸੰਕੜੇ ਉਲਝਣਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਅੰਤ ਵਿੱਚ ਆਪਣਾ ਜੀਵਨ ਹੀ ਬਰਬਾਦ ਕਰ ਲੈਂਦਾ ਮੈਂ ਤੇਰੇ ਕਹਿਣ ਦਾ ਮਤਲਬ ਨਹੀਂ ਸਮਝਿਆ ਕਿਸ ਗੱਲ ਵਾਲਾ ਇਸ਼ਾਰਾ ਹੈ ਕਿਸੇ ਗੱਲ ਵਾਲ ਵੀ ਨਹੀਂ ਮੈਂ ਤਾਂ ਇੱਕ ਸਿੱਧੀ ਜੀ ਗੱਲ ਕਰ ਰਿਹਾ ਅਸੀਂ ਦੋਵੇਂ ਖੂਬ ਉੱਲੂ ਬਣਿਆ ਹੁਣ ਕੀ ਫਾਇਦਾ ਉਹਦੀ ਚਰਚਾ ਕਰਨ ਦਾ ਫਿਰ ਫਿਰ ਵੀ ਮੈਂ ਹਸਪਤਾਲਾਂ ਚ ਵੇਖਿਆ ਜਿਹੜਾ ਰੋਗੀ ਆਪਣੀ ਬਿਮਾਰੀ ਤੇ ਸਭ ਤੋਂ ਬਹੁਤਾ ਗੁੱਸਾ ਪ੍ਰਗਟ ਕਰਦਾ ਉਹ ਜ਼ਰੂਰ ਉਹ ਤੋਂ ਛੁਟਕਾਰਾ ਵੀ ਪਾ ਲੈਂਦਾ ਹੈ ਵੀ ਮੈਨੂੰ ਤੇਰੀਆਂ ਬੁਝਾਰਤਾਂ ਦੀ ਓਕਾ ਸਮਝ ਨਹੀਂ ਆ ਰਹੀ ਨਹੀਂ ਸਮਝਿਆ ਤਾਂ ਤੈਨੂੰ ਮੈਂ ਸਾਫ਼ ਸ਼ਬਦਾਂ ਚ ਦੱਸ ਦਾਂ ਕਿ ਜੇ ਕਿਸੇ ਤੀਵੀ ਨੂੰ ਆਪਣੀ ਇੱਕ ਉਂਗਲੀ ਤੇ ਵੀ ਕਬਜ਼ਾ ਦੇਣ ਨਾਲੋਂ ਸੜਕ ਉੱਤੇ ਪੱਥਰ ਕੁੱਟਣਾ ਚੰਗਾ ਹੈ ਸ਼ਾਇਦ ਤੂੰ ਮੇਰੀ ਗੱਲ ਦਾ ਇਤਬਾਰ ਨਹੀਂ ਕਰੇਂਗਾ ਪਰ ਮੈਂ ਕਹਿੰਨਾ ਜਿਸ ਸੰਗਤ ਦਾ ਸਵਾਦ ਅਸੀਂ ਮਾਣ ਕੇ ਆਏ ਹਾਂ ਉਹ ਤੋਂ ਛੁਟਕਾਰਾ ਪਾਉਣਾ ਮਨ ਨੂੰ ਗਰਮੀ ਚੋਂ ਨਿਕਲ ਕੇ ਠੀਤਲ ਪਾਣੀ ਚ ਟੁੱਬੀ ਲਾਉਣ ਦੇ ਬਰਾਬਰ ਹੈ ਆਦਮੀ ਦੀ ਜ਼ਿੰਦਗੀ ਚ ਇਹੋ ਜੀਆਂ ਬੇਵਕੂਫੀਆਂ ਲਈ ਕੋਈ ਗੁੰਜਾਇਸ਼ ਨਹੀਂ ਸਪੇਨ ਦੀ ਕਹਾਵਤ ਹੈ ਆਦਮੀ ਨੂੰ ਪਾਲਤੂ ਕਦੀ ਨਹੀਂ ਹੋਣਾ ਚਾਹੀਦਾ ਝਟਕ ਚੁੱਪ ਕਰਕੇ ਬੈਜੇ राव ਨੇ ਬੁੱਢੇ ਕੋਚਵਾਨ ਨੂੰ ਜਿਹੜਾ ਘੋੜਿਆਂ ਨੂੰ ਚਾਬਕਾਂ ਲਾ ਰਿਹਾ ਸੀ ਪੁੱਛਿਆ ਸੁਣਾ ਬਾਬਾ ਤੇਰੇ ਘਰ ਚ ਟੁੱਬੀ ਵੱਟੀ ਹੈ ਕੋਚਵਾਨ ਬੋਲਿਆ ਹਜ਼ੂਰ ਵੱਟੀ ਤਾਂ ਅਕਸਰ ਹਰ ਕਿਸੇ ਦੀ ਹੁੰਦੀ ਹੈ ਪਰ ਤੂੰ ਕਦੀ ਉਹਨੂੰ ਕੁੱਟਿਆ ਵੀ ਹੈ ਕਿ ਨਹੀਂ ਹਾਂ ਕਦੀ ਕਦੀ ਪਰ ਉਦੋਂ ਜਦ ਕੋਈ ਕਸੂਰ ਕਰੇ ਤੇ ਉਹਨੇ ਵੀ ਕਦੀ ਤੈਨੂੰ ਕੁੱਟਿਆ ਮਾਫ ਕਰਨਾ ਹਜ਼ੂਰ ਇਹ ਮੁਖੌਲ ਮੈਨੂੰ ਚੰਗਾ ਨਹੀਂ ਲੱਗਦਾ ਕੋਚਵਾਨ ਨੇ ਗੁੱਸੇ ਨਾਲ ਉੱਤਰ ਦਿੱਤਾ ਬੈਜੇਰਾ ਬੋਲਿਆ ਪਰ ਅਸੀਂ ਤੇ ਹੁਣੇ ਕੁੱਟ ਖਾ ਕੇ ਆਏ ਆ ਇਹੋ ਤਾਂ ਸਾਡੇ ਪੜੇ ਹੋਣ ਦਾ ਨਤੀਜਾ ਹੈ ਆਰ ਕੇ ਡੀ ਬਨਾਵਟੀ ਤੌਰ ਤੇ ਹੱਸਿਆ ਚੋਖਾ ਰਸਤਾ ਚੁੱਪ ਕੀਤਿਆਂ ਕੱਟਦਾ ਗਿਆ ਸਫਰ ਮੁੱਕਣ ਚ ਨਹੀਂ ਸੀ ਆਉਂਦਾ ਆਰ ਕੇ ਡੀ ਤਾਂ ਬਹੁਤ ਹੀ ਕਾਲਾ ਪਿਆ ਹੋਇਆ ਸੀ ਅਖੀਰ ਦਰਖਤਾਂ ਦੇ ਇੱਕ ਸੰਘਣੇ ਝੁਰਮਟ ਚ ਇੱਕ ਛੱਪਰਦਾਰ ਛੱਤ ਵਾਲਾ ਮਕਾਨ ਨਜ਼ਰੀ ਪਿਆ ਲੱਗੀ ਇੱਕ ਚੌਂਪੜੀ ਪਾਸ ਦੋ ਕਿਸਾਨ ਲੜ ਰਹੇ ਸਨ ਬੈਜਰਾ ਬੋਲ ਉੱਠਿਆ ਉਹ ਹੈ ਸਾਡਾ ਮਕਾਨ ਉਹ ਇਹ ਤਾਂ ਪਿਤਾ ਜੀ ਖੁਦ ਬਾਹਰ ਖੜੇ ਹੋਏ ਨੇ ਸ਼ਾਇਦ ਉਹਨਾਂ ਗੱਡੀ ਦੀ ਆਵਾਜ਼ ਸੁਣ ਲਈ ਹੋਏਗੀ ਪਰ ਉਹ ਕਿੰਨੇ ਬੁੱਢੇ ਹੋ ਗਏ ਨੇ ਧੰਨਵਾਦ ਚਲਦਾ